ਸਤਿ ਸ਼੍ਰੀ ਅਕਾਲ ਜੀ ਬਾਈ, ਸਾਰਿਆਂ ਨੂੰ ਵੈਲਕਮ ਆ ਆਪਣੀ ਇੱਕ ਹੋਰ ਨਵੀਂ ਵੀਡੀਓ 'ਚ। ਲਓ ਜੀ ਬਾਈ, ਪਹਿਲਾਂ ਤਾਂ ਤੁਹਾਨੂੰ ਇੱਕ ਮੇਰੇ ਬਹੁਤ ਸਾਰੇ ਭਰਾਵਾਂ ਦੇ ਆ ਨਾ, ਜਿਹੜੇ ਮੇਰੀ ਵੀਡੀਓ ਡੇਲੀ ਦੇਖਦੇ ਆ, ਤਾਂ ਉਹਨਾਂ ਦੇ ਫੋਨ ਅਤੇ ਫੋਨ ਬਾਹਰ ਤੋਂ ਥੋੜ੍ਹੇ ਜਿਹੇ ਜ਼ਿਆਦਾ, ਮੇਰਾ ਵੀਰ ਹੈ ਨਾ, ਕਹਿੰਦੇ ਬਾਈ ਵੀਡੀਓ ਨਹੀਂ ਆਈ, ਵੀ ਕੀ ਦਿੱਕਤ ਪੈ ਗਈ। ਬਾਈ ਥੋੜ੍ਹੀ ਜਿਹੀ ਨਾ ਵੀਡੀਓ ਦੇ ਵਿੱਚ ਪ੍ਰੋਬਲਮ ਜੀ ਆ ਗਈ ਇੱਕ ਚੈਨਲ ਦੇ ਵਿੱਚ ਆਪਣੇ ਦੇ, ਇੱਕ ਹਫ਼ਤੇ ਦੀ ਉਹ ਅੱਜ 1 ਤਰੀਕ ਦੀ ਵੀਡੀਓ ਸਟਾਰਟ ਕਰਨ ਲੱਗਿਆ ਹੈ। ਮੈਂ ਪਹੁੰਚ ਗਿਆ ਗੁਜਰਾਤ, ਹੈ ਨਾ, ਤੁਸੀਂ ਰਾਜਸਥਾਨ ਦੇ ਵਿੱਚ ਜਦੋਂ ਆਪਾਂ ਮੇਥੀ 'ਤੇ ਮਸ਼ੀਨ ਚਲਾਈ ਦੀ, ਉੱਥੇ ਤੋਂ ਬਾਅਦ ਆਪਣੀ ਕੋਈ ਵੀਡੀਓ ਨਹੀਂ ਆਈ ਹੈਗੀ। ਉਹਦੇ ਬਾਅਦ ਆਪਣਾ ਚੈਨਲ ਆ ਜਿਹੜਾ ਨਾ, ਹਫ਼ਤੇ ਦੀ ਇੱਕ ਥੋੜ੍ਹਾ ਜਿਹਾ ਪ੍ਰੋਬਲਮ ਹੋਣ ਕਰਕੇ ਬੰਦ ਹੋ ਗਿਆ। ਹਫ਼ਤੇ ਬਾਅਦ ਚੱਲ ਪਊ, ਅੱਜ 2-3 ਦਿਨ ਰਹਿ ਗਏ। ਅੱਜ ਵੀਡੀਓ ਹੈਗੀ 1 ਅਪ੍ਰੈਲ ਦੀ, 1 ਅਪ੍ਰੈਲ ਦੀ ਵੀਡੀਓ ਜਿਹੜੀ ਆਪਾਂ ਲੱਗੀਆਂ ਚਾਲੂ ਕਰਨ। ਬਾਕੀ ਆਪਾਂ ਗੁਜਰਾਤ ਦੇ ਵਿੱਚ ਪਹੁੰਚ ਗਏ ਤੇ ਕੱਲ੍ਹ 31 ਤਰੀਕ ਨੂੰ ਆਪਣੀ ਦੂਜੀ ਪਹਿਲੀ ਮਸ਼ੀਨ ਕੋਲੇ ਆ ਗਏ ਤੇ 1 ਨੰਬਰ ਕੋਲੇ। ਹੁਣ ਇੱਥੇ ਤੇ ਮਸ਼ੀਨ ਪਰ ਸਮਾਨ ਸਮੂਨ ਕਰਕੇ ਲੋਡ, ਹੈ ਨਾ, ਇਹਨੂੰ ਵੀ ਲੱਗੇ ਆ ਰਾਜਸਥਾਨ ਵੱਲ ਨੂੰ ਰਵਾਨਾ ਕਰਨਾ। ਇੱਥੇ ਬਾਈ ਕੰਮ ਹੋ ਗਿਆ ਤਾਂ ਆਪਣਾ ਫਾਈਨਲ, ਇੱਥੇ ਮਤਲਬ ਹੁਣ ਕੁਛ ਨਹੀਂ ਤਾਂ ਬਚਿਆ। ਜਿੰਨੀਆਂ ਵੀ ਇਹਦੇ ਮਸ਼ੀਨਾਂ, ਮਨਦੀਪ ਬਾਈ ਹੋ ਗਿਆ, ਆਪਾਂ ਹੋ ਗਏ, ਹੈ ਨਾ, ਸਾਰੀਆਂ ਮਸ਼ੀਨਾਂ ਨਿਕਲਦੀਆਂ ਜਾ ਰਹੀਆਂ ਤੀਆਂ। ਫਿਰ ਮੈਂ ਕਿਹਾ ਵੀ ਆਪਾਂ ਵੀ ਖੜਾ ਕੇ ਕੀ ਕਰਨਾ, ਹੈ ਨਾ। ਭਜਨ ਬਾਈ ਕਹਿੰਦਾ ਵੀ ਵਿਹਲੇ ਬੈਠੇ ਕੋਈ ਕਰ ਹੱਲ। ਪਹਿਲਾਂ ਸਲਾਹ ਤੀ ਵੀ ਪਾਲੀਕੋਟ ਨੂੰ ਲਾ ਲਈਏ, ਪਰ ਉੱਥੇ ਬਾਈ ਖਾਲੇ ਇੱਕ ਤਾਂ ਬੜੇ ਆ ਬਹੁਤ ਖੇਤਾਂ ਦੇ ਵਿੱਚ, ਹੈ ਨਾ, ਵੱਟਾਂ ਬਹੁਤ ਖਤਰਨਾਕ ਆ। ਫਿਰ ਮੈਂ ਕਿਹਾ ਕਾਹਨੂੰ ਯਾਰ ਕਿਹਾ, ਹੈ ਨਾ, ਚਲੋ ਆਪਣਾ ਗੁਜਰਾਤ ਦੇ ਵਿੱਚ ਕੰਮ ਵਧੀਆ ਹੋ ਗਿਆ, ਵੀ ਚੱਲ 500-700 ਵਿਘੇ ਹੀ ਰਾਜਸਥਾਨ ਵੱਢਤਾ, ਉਹਦੇ ਬਾਅਦ ਹਰਿਆਣੇ ਹਰੂਣੇ ਲਾ ਲਾਂਗੇ। ਬਾਕੀ ਮੇਰਾ ਵੀਰ ਹਰਿਆਣੇ ਦਾ ਕੋਈ ਹੋਇਆ ਤਾਂ ਕਨੈਕਟ ਮੇਰੇ ਕਿਹਾ ਜ਼ਰੂਰ ਕਰਿਓ, ਨੰਬਰ ਬਥੇਰੇ ਬਹੁਤ ਵੀਰ ਪਾਉਂਦੇ ਆ, ਪਰ ਮੇਰੇ ਕਿਹਾ ਗੱਲ ਕਰਿਓ ਵੀਰੇ, ਹੈ ਨਾ, ਵੀ ਕਿਹੜੇ ਏਰੀਏ ਦੇ ਵਿੱਚ ਕੰਮ ਆ। ਆਪਾਂ ਇੱਕ ਮਸ਼ੀਨ ਉੱਥੇ ਛੱਡ ਦਾਂਗੇ ਰਾਜਸਥਾਨ ਲਾ ਕੇ, ਅੱਧਾ ਕੁ ਨਿਕਲ ਜੂਗੀ ਮਸ਼ੀਨ, ਉਹਦੇ ਬਾਅਦ ਆਪਣੀ ਮਸ਼ੀਨ ਇੱਕ ਰਾਜਸਥਾਨ ਐਂਡ ਕਰ ਜੂਗੀ, ਇੱਕ ਹਰਿਆਣੇ ਜਾ ਕੇ ਫਸ ਜੂਗੀ, ਇੱਕ ਸਿੱਧੀ ਪੰਜਾਬ ਲੈ ਜਾਂਗੇ। ਬਾਕੀ ਦੱਸਿਓ ਮੇਰਾ ਵੀਰ ਫੋਨ ਕਰਕੇ। ਬਾਕੀ ਚਲੋ ਦਿਖਾਉਂਦੇ ਤੁਹਾਨੂੰ ਭਜਨ ਬਾਈ ਯਾਰ ਮੌਲੀ ਨੂੰ ਮਿਲਾਉਂਦੇ ਆ, ਬਹੁਤ ਮਿਸ ਕਰਦੇ ਤੇ ਕਈ ਵੀਰ ਉਹਨਾਂ ਨੂੰ, ਹੈ ਨਾ, ਨਾਲੇ ਸਮਾਨ ਲੋਡ ਕਰ ਲਿਆ, ਮਸ਼ੀਨ ਦੀ ਰਵਾਨਗੀ ਕਰਾਂਗੇ। ਸਿਰਫ ਆਪਣਾ ਇੱਕ ਪਾਣੀ ਵਾਲਾ ਘੜਾ ਰਹਿ ਗਿਆ, ਇਹ ਹੁਣ ਚੱਕਣਾ। ਚੱਕਣ ਤੋਂ ਬਾਅਦ ਜਿਹੜਾ ਆਪਣਾ ਸਮਾਨ ਆ, ਬਾਕੀ ਸਾਰਾ, ਹੈ ਨਾ, ਫਲੈਟ ਕਹਿ ਦਈਏ, ਆਪਣੀ ਰਸੋਈ ਬਿਲਕੁਲ ਖਾਲੀ, ਇੱਧਰ ਆਪਣਾ ਸਮਾਨ ਤਾਂ ਜਿਹੜਾ ਨਾ, ਬਿਸਤਰੇ ਵਗੈਰਾ ਜੋ ਪੱਖਾ ਵੀ ਲਾਇਆ ਤਾਂ ਆਪਾਂ ਆਪਣਾ ਲਿਆ ਕੇ ਲਾ ਦਿਓ, ਉਹ ਵੀ ਖੋਲ੍ਹ ਕੇ, ਹੈ ਨਾ। ਮਸ਼ੀਨ ਹੋ ਗਈ ਤਿਆਰ, ਸਮਾਨ ਮੂਹਰੇ, ਥਰੈਸਰ, ਸਿਲੰਡਰ, ਆਟੇ ਵਾਲਾ ਢੋਲੀ, ਸਾਰਾ ਕੁਝ ਲੱਦ ਕੇ ਆਪਣਾ, ਹੈ ਨਾ, ਰੈਡੀ ਆ। ਆ ਜਾ ਮੌਲੀ ਉੱਪਰ ਨੂੰ, ਉਹ ਚੁਕਾ ਦੇ ਆ ਛੋਲਿਆਂ ਦੀ ਬੋਰੀ ਵੀ। ਬਾਕੀ ਆਪਣਾ ਨਾਲ ਦੀ ਨਾਲ ਸਮਾਨ ਲੱਦੀ ਜਾਂਦੇ ਹਾਂ, ਭਜਨ ਬਾਈ ਜਾਂਦਾ ਚੱਕੀ ਬੋਰਿਆਂ ਦਾ, ਬਿਸਤਰਿਆਂ ਦਾ ਬੋਰਾ, ਉਹ ਚੱਕਣ ਤੋਂ ਬਾਅਦ, ਹੈ ਨਾ, ਆਪਾਂ ਫਲੈਟ ਜਿੱਦਾਂ ਦਾ ਬਾਈ ਸਾਂਭਿਆ ਤਾਂ ਆ ਕੇ, ਉੱਦਾਂ ਹੀ ਅਗਲੇ ਨੂੰ ਸਾਫ਼ ਸਫਾਈਆਂ ਕਰਕੇ, ਹੈ ਨਾ, ਐਨ ਪੂਰਾ ਟੋਟਲੀ ਦੇ ਤਾ। ਹੁਣ ਜਿਹੜੀ ਆਪਣੀ ਜ਼ਿੰਮੇਵਾਰੀ ਬਣਦੀ ਸੀ ਉਹ ਆਪਾਂ ਨਿਭਾ ਤੀ, ਹੈ ਨਾ। ਪਿਛਲੇ ਸਾਲ ਵੀ ਆਪਾਂ ਕਲੋਨੀ ਦੇ ਵਿੱਚ ਰਹੇ ਤੇ ਉਹ ਮੇਨ ਦਫ਼ਤਰ ਜਿਹਨਾਂ ਦੇ, ਉਹ ਵੀ ਬਾਈ ਜਿੱਦਣ ਗਏ ਤੇ ਤਾਂ ਧੋ ਕੇ ਗਏ ਤੇ। ਬਾਕੀ ਉਹ ਜਾਂਦਾ ਭਜਨ ਬਾਈ ਫਿਰਦਾ, ਜਿਹੜੇ ਬਾਈ ਨੂੰ ਮਿਸ ਕਰਦੇ ਭਜਨ ਨੂੰ, ਉਹ ਫਿਰਦਾ ਬਾਈ ਕਟਰ ਤੇ ਸਮਾਨ ਰੱਖਦਾ। ਚਲੋ ਬਾਕੀ ਮਿਲਾਉਣਾ ਤੁਹਾਨੂੰ ਭਜਨ ਬਾਈ, ਉਹਨਾਂ ਇੱਕ ਆਪਣੇ ਛੋਲੇ ਲਏ ਤੇ, ਇਹ 60 ਕਿਲੋ ਛੋਲੇ ਲਏ ਤੇ ਬਾਈ, ਤੇ ਜਾਣ ਪਛਾਣੇ ਤਾਂ ਬੰਦਾ ਉਹਤੇ ਲਏ ਤੇ। ਚਲੋ ਮੈਂ ਕਿਹਾ ਇਹ ਵੀ ਹੁਣ ਰੱਖ ਕੇ ਮਸ਼ੀਨ ਦੇ ਵਿੱਚ, ਨਾ ਆਪਣਾ ਸਾਰਾ ਸਮਾਨ ਵੈਸੇ ਚੱਕਿਆ ਗਿਆ, ਮੌਲੀ ਦੇ ਰਹਿ ਗਏ ਜੂਸ, ਜਲਸਾ ਰਹਿ ਗਿਆ ਮੌਲੀ ਦਾ, ਉਹਤੇ ਬਾਅਦ ਆਪਣਾ ਫਲੈਟ ਖਾਲੀ ਆ। ਚਲੋ ਮਿਲਦੇ ਹਾਂ, ਮੈਂ ਥੱਲੇ ਜਾ ਕੇ ਮਸ਼ੀਨ 'ਤੇ ਲੱਗ ਗਈ ਹਾਂ। ਲਓ ਜੀ ਬਾਈ ਜੀ, ਖਿੱਚ ਦੀਆਂ ਤਿਆਰੀਆਂ, ਰੂਮ ਕਰਤਾ ਖਾਲੀ ਜੀ। ਹੋਰ ਬਾਬਾ ਵਧੀਆ, ਮਸ਼ੀਨ ਦੀਆਂ ਖਿੱਚਦੀਆਂ ਤਿਆਰੀਆਂ ਬਾਈ ਜੀ, ਸਮਾਨ ਕਰਤਾ ਲੋਡ। ਮੋਟਰਸਾਈਕਲ ਲੱਦਣੇ ਗਾਹਾਂ ਜਾ ਕੇ ਜੀ, ਹਵਾ ਲੱਗਿਆ ਭਰਨ ਬਾਈ। ਹਾਂ ਵੀ ਪਵਾਈਆ।
ਬੀਬੂ ਬਾਈ ਕਿਆ ਹਾਲ ਹੈ? ਕਿਆ ਹੋਵਾ ਸਮਰਾ ਸਰਮਾ ਕਿਉਂ ਰਹਾ ਯਾਰ? ਓ ਦੀਪੂ ਕਿਆ ਬਾਤ ਹੈ ਯਾਰ? ਓਏ ਹਾਂਜੀ ਜਾਣ ਲੱਗੇ ਤਾਂ ਪੈਂਚਰ ਹੋ ਗਿਆ, ਹਵਾ ਜੀ ਘੱਟ ਆ ਟਾਇਰ 'ਚ, ਹਵਾ ਘੱਟ ਆ ਪਰ ਮਾੜਾ ਜਿਹਾ ਖੁੱਲ੍ਹਣਾ ਪੈਣਾ ਨੇ ਪੁੱਲ ਮੂਹਰੇ ਦੇ। ਖੋਲਦਾ ਚਲਾ ਦੇ ਬਈ, ਖੋਲਦੇ ਮੋਲੀ ਹਵਾ ਸਟਾਰਟ ਕਰਨੀ ਪੈਣੀ ਬਾਈ, ਕਰਦੇ ਮੜੀ ਸਟਾਰਟ, ਕਰਦੇ ਕਰਦੇ ਪੈਂਚਰ ਲਵਾ ਲੈਂਦੇ ਆ, ਚਾਲੂ ਕਰ। ਦੀਪੂ ਬਾਈ ਸ਼ਰਮਾਉਂਦਾ ਬਹੁਤ ਆ ਕੁੜੀਆਂ ਮੰਗਣਾ ਇਹ। ਹੋਰ ਦੀਪੂ ਕਿਆ ਹੋਇਆ ਯਾਰ, ਕਿਵੇਂ ਸੁਣਵਾ ਰਹਾ ਤੂੰ, ਕਿਆ ਹੋਇਆ? ਕੁਛ ਨਹੀਂ ਹੋਇਆ। ਫਿਰ ਐਸਾ ਥੋੜੀ ਕਰ ਯਾਰ, ਹਵਾ ਨਿਕਲ ਗਈ ਆ, ਹਵਾ ਨਿਕਲ ਗਿਆ ਸਾੜੀ ਪਲਾਸ ਸੁੱਟਦੀ ਥੱਲੇ ਪਲਾਸ ਦੇ ਪਲਾਸ ਮਾਫੀ ਸੈਲਫ ਲੱਗਿਆ ਬਾਈ ਹਵਾ ਭਰਨ ਦੇ ਰੇਸ ਦੇ ਬੜੀ ਜੀ ਜੀ ਲੋਡ ਕਰ ਲਿਆ ਸਮਾਨ, ਖਿੱਚਦੀਆਂ ਤਿਆਰੀਆਂ ਫੁੱਲ, ਮੋਟਰਸਾਈਕਲ ਕਢਾਉਂਦੇ ਅੱਗੇ ਜਾ ਕੇ। ਹਾਂਜੀ ਹਾਂ ਵੈਲਡਿੰਗ ਕਰਾ ਕੇ ਬੈਟਰੀ ਜੀ ਲਾਉਣੀ ਪੈਂਦੀ ਨਾ, ਵੈਲਡਿੰਗ ਕਰਾ ਉਹਦਾ ਚੜਾ ਕੇ ਫਿਰ ਗਾਂ ਚੜਾ ਲੈਂਦੇ ਆ। ਹਾਂ ਉੱਥੇ ਚੜਾ ਲੈਂਦੇ ਅੱਗੇ, ਬਾਕੀ ਦੇਖਦੇ ਹਾਂ ਬਾਈ ਹੈ ਨਾ। ਕਈ ਬੀਜ ਤਾਂ ਉਹੀ ਕਹਿੰਦੇ ਆ ਪਾਲੀ ਕੋਲ ਨੂੰ ਵੀ ਆ ਜਾਂ ਨੰਦਰਾ ਤਰਾ ਸੀਜ਼ਨ ਹੈ ਨਾ, ਇੱਥੇ ਹੋਰ ਗੁਜਰਾਤ ਦੇ ਵਿੱਚ ਆਪਾਂ ਕਰ ਲੈਂਦੇ ਹਾਂ। ਬਾਕੀ ਐਂ ਵੀ ਇਕੱਲੇ ਬੰਦੇ ਨੂੰ ਬਾਈ ਮੈਨੂੰ ਔਖਾ ਹੈ ਨਾ, ਇੱਕ ਗੁਜਰਾਤ 'ਚ ਖੜੀ ਇੱਕ ਰਾਜਸਥਾਨ 'ਚ ਖੜੀ ਆ, ਅਤੇ ਤੁਹਾਨੂੰ ਪਤਾ ਵੀ ਹੈ ਨਾ ਕਈ ਵਾਰ ਡਿੱਗਿਆਂ ਬੁੱਗਿਆਂ ਦਾ ਵੀ ਲਫੜਾ ਹੁੰਦਾ ਵਿੱਚ, ਹਿਸਾਬ ਕਿਤਾਬ ਵੀ ਦੇਖਣਾ ਪੈਂਦਾ ਸਾਰਾ ਹੈ ਨਾ। ਹਾਂਜੀ ਉਹਦੇ ਕਰਕੇ ਵੀ ਮੈਂ ਕਿਹਾ ਨਹੀਂ ਵੀ ਕੋਈ ਗੱਲ ਨਹੀਂ, 100-200 ਬਿੱਘਾ ਘੱਟ ਕਰ ਲੂਗੀ, ਪਰ ਇਕੱਠੀਆਂ ਚੱਲਣਗੀਆਂ, ਨਾਲੇ ਤਾਂ ਰੋਟੀ ਪਾਣੀ ਦਾ ਭਜਨ ਮੌਜ ਆ। ਹਾਂਜੀ ਹੈਂ ਹਾਂਜੀ ਇਹ ਤਾਂ ਉੱਥੇ ਰੋਟੀ ਪਾਣੀ ਖਾਂ ਜੰਟ ਦਿੰਦਾ ਰਹੇਗਾ ਵਿਚਾਰਾ, ਪਰ ਵਧੀਆ ਦਿੰਦਾ ਆਪਣੇ ਕਹਿੰਦੀ ਤਾਂ ਵਧੀਆ ਦਿੰਦਾ, ਪਰ ਬੰਦੇ ਆਪਣੇ ਨੱਕ ਫੁੱਲ ਮਾਰਦੇ ਆ ਫਿਰ ਅੱਜ ਹੋਣ ਕਹਿੰਦਾ ਬਾਈ ਰੋਟੀ ਆਪਣੀ ਬਣਾਇਆ ਕਰ। ਮੈਂ ਕਿਹਾ ਯਾਰ ਵੀ ਆਪਣੇ ਕੋਲ ਸਮਾਨ ਸਮੂਨ ਵੀ ਨਾ, ਬਾਕੀ ਸਪੇਅਰ ਪਾਰਟ ਸਾਰਾ ਹੀ ਆਹ ਮਸ਼ੀਨ 'ਤੇ ਪਿਆ, ਦੇਖ ਕਿੰਨੇ ਹੀ ਲੱਖੋ ਆ ਵੀ 31-75 ਬੈਲਟ ਵੀ ਨਹੀਂ ਹੈਗੇ ਉਹ ਮਸ਼ੀਨ 'ਤੇ, ਇੱਕ ਨੇ ਖੱਕ ਲਿਆ ਜੀ ਸਮਾਨ ਇਹ ਭਰੇ ਪਿਆ ਸਾਰਾ ਸਾਰਾ ਸਮਾਨ ਇਹ 'ਚ ਰੱਖ ਰਿਹਾ 31-75 ਆਪਣੇ ਤਾਂ ਕਮੋੜੇ ਦਾ ਵੀ ਉਹ ਬਾਹਰ ਨੂੰ ਆਊਗੀ, ਤਾਂ ਐਂ ਤਾਂ ਵੀ ਚੱਲ ਇੱਥੇ ਉੱਥੇ ਹੀ ਰਹੂਗੀ ਪੰਜਾਬ 'ਚ ਆਪ 'ਚ। ਉੱਥੇ ਹੁਣ ਇਹ ਮਸ਼ੀਨ ਉਰੇ ਲੇਟ ਹੋਊਗੀ, ਉਹ ਏਰੀਆ ਵੀ ਆਪਣਾ ਪੱਕਾ ਹੈ ਨਾ, ਚਲੋ ਘਾਟੇ ਵਾਧੇ ਕਰਮਾਂ ਦੇ ਆ, ਸਾਰਾ ਵਧੀਆ ਮਹਾਰਾਜ ਦੀ ਕਿਰਪਾ ਕਰ ਸੀਜ਼ਨ ਆਪਣਾ ਹੈ ਨਾ, ਕਹਿੰਦੀ ਮਾਲਕ ਦਾ ਬਹੁਤ ਸ਼ੁਕਰ ਆ ਵਧੀਆ ਲੱਗ ਗਿਆ ਆਪਣੀ ਮਸ਼ੀਨ ਦਾ ਹੈ ਨਾ, ਵੀ ਏਰੀਆ ਛੱਡਣਾ ਨਹੀਂ ਚਾਹੀਦਾ ਜਾਂ ਤਾਂ ਕੋਈ ਕੰਮ ਘੱਟਾ ਹੈ ਨਾ, ਐਤਕੀ ਚੱਲ ਉਹਦੇ ਕੋਲ ਵਿਚਾਰੇ ਕੋਲ ਕੰਮ ਘੱਟਤਾ, ਪਿੱਛੇ ਸਾਡਾ ਇਹਨੇ 700-800 ਬਿੱਘਾ ਕਰਾਇਆ ਤਾ, ਐਤਕੀ ਫਿਰ ਉਨਾ ਹੀ ਕਰਾ ਗਿਆ ਇਹ, 900-950 ਬਿੱਘਾ ਹੋ ਗਿਆ, ਕਣਕ ਵੀ ਘੱਟ ਤੀ ਬਾਈ, ਨਾਲੇ ਕਣਕ ਘੱਟ ਤੀ ਹੈਂ। ਚਲੋ ਫਿਰ ਵੀ ਹੁਣ ਮੈਂ ਪਰਸੋਂ ਉੱਥੇ ਮਸ਼ੀਨ ਚਲਾ ਕੇ ਫਟਾਫਟ ਉੱਥੇ ਤਾਂ ਉਰੇ ਬੈਠਿਆ ਬੈਠ ਕੇ ਫਿਰ ਆਇਆ ਇੱਥੇ, ਤੇ ਬਾਅਦ ਹੁਣ ਆਹ ਮਸ਼ੀਨ ਲੈ ਕੇ ਹੁਣ 3 ਦਿਨ ਫਿਰ ਚੇਕਣੇ ਲੰਘੇ ਨੇ ਰੋਡ 'ਤੇ, ਪੂਰਾ ਹਫ਼ਤਾ ਹੀ ਹੋ ਗਿਆ 21 ਤਰੀਕ ਦਾ ਜਿੱਦਣ ਦਾ ਉਰੇ ਤਾਂ ਗਿਆ ਤੁਹਾਡੇ ਕੋਲ ਤਾਂ ਭਾਅ ਜਾਣਾ ਹਾਂਜੀ, ਬਸ ਰੋਡ ਭਰੇ ਆ ਟ੍ਰੇਨ 'ਚ ਜਾਂ ਬੱਸ 'ਚ ਤੁਹਾਡੇ ਕੋਲ ਬੱਸ ਜਾਂ ਬਾਈ ਟ੍ਰੇਨ 'ਚ ਤਾਂ ਬੰਦਾ ਸੌਂਸ ਵੀ ਜਾਂਦਾ, ਬੱਸ 'ਚ ਤਾਂ ਜਮਾਂ ਹੀ ਨਹੀਂ, ਬੱਸ 'ਚ ਮੋੜਦਾ ਨਾ ਡਰਾਈਵਰ ਘੱਟਦਾ ਕਿਤੇ, ਮਹਾਰਾਜ ਰੱਖੇ ਸੁੱਖ ਹੈ ਨਾ,
ਜਿਵੇਂ ਹੁਣ ਤੱਕ ਰੱਖੀ ਆ ਆਪਣੇ ਮਹਾਰਾਜ ਵਧੀਆ ਆਪਣੇ ਨਿਗਾਹ ਬਣਾ ਕੇ ਰੱਖੇ ਨਾ ਸਾਰੇ ਕੰਬਾਈਨਾਂ ਵਾਲੇ ਬਾਈਆਂ 'ਤੇ। 11 ਵੱਜ ਗਏ ਪੌਣੇ 11 ਹੋ ਗਏ, ਹਵਾ ਉੱਧਰ ਪੈਂਚਰ ਹੋ ਗਿਆ ਟਾਇਰ ਨੂੰ, ਤੁਰਨ ਲੱਗੇ ਤਾਂ ਦੇਖਿਆ ਹਵਾ ਘੱਟ ਆ, ਹਵਾ ਘੱਟ ਆ, ਹਵਾ ਭਰ ਜਾਣੀ, ਸਿੱਟਣੀ ਵੀ ਨਹੀਂ ਹੈਗੀ, ਤਾਂ ਤੈਨੂੰ ਕਿਹਾ ਵੀ ਇੱਥੇ ਪੈਂਚਰ ਲਵਾ ਲੈਂਦੇ ਹਾਂ, ਗਾਹਾਂ ਲਵਾ ਲੈਂਦੇ ਪੈਂਚਰ, ਹਾਂ ਪੈਂਚਰ ਲਵਾ ਕੇ। ਚਲੋ ਠੀਕ ਆ ਬਾਈ, ਚੈੱਕ ਕਰਾ ਲੈਂਦੇ ਹਾਂ ਫਿਰ, ਸਤਿ ਸ਼੍ਰੀ ਅਕਾਲ ਜੀ, ਕਰਦੇ ਹਾਂ ਰਵਾਨਾ ਰਾਣੀ ਨੂੰ, ਤੁਸੀਂ ਮੋਟਰਸਾਈਕਲ ਲਿਆਓ, ਉਹ ਵਾਲਾ ਮੋਟਰ ਨਾਲ ਲਿਆਉਣਾ ਮੋਲੀ ਹੈ। ਲਓ ਜੀ ਹਵਾ ਨਹੀਂ ਪਰ ਗਾਹਾਂ ਦੇਖਦੇ ਬਾਈ ਜੀ, ਪੈਂਚਰ ਪੁੱਚਰ ਲਾਉਂਦੇ ਇਹਨੂੰ, ਪੈਂਚਰ ਆਊਂਗਾ ਬਰੀਕ ਪੈਂਚਰ ਆ ਜਾਂ ਬਾਲ ਲੀਕ ਆ, ਹੈ ਪੈਂਚਰ ਨਹੀਂ ਹੋਣਾ ਬਾਈ, ਹਵਾ ਲੀਕ ਉਹ ਆ ਘੱਟ ਆ, ਹਵਾ ਘੱਟ ਸੀ। ਚਲੋ 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 ਚਲੋ, ਮੌਲੀ ਲਪੇੜ ਲਾ ਪਾਇਆ ਬਾਈ, ਅਗਲੇ ਸਾਲ ਮੈਂ ਮਿਲੇਂਗੇ, ਠੀਕ ਨੀ, ਮੌਲੀ ਮੌਲੀ ਲਾ ਦੇ ਵੀਰੇ ਪਾਇਆ ਪੁੱਪ ਜੀ, ਚੱਲ ਖਿੱਚਦੀਆਂ ਤਿਆਰੀਆਂ ਰਾਣੀ ਕਰਤੀ ਤਿਆਰ ਬਾਈ ਜੀ, ਫੁੱਲ ਸਪੀਟਾਂ ਪਰ ਜਾਊਂ ਹੁਣ ਮਾਰੋ ਮਾਰ, ਮੌਲੀ ਬਾਈ ਨੇ ਬੰਨਤਾ ਪੈਪ ਹਵਾ ਵਾਲਾ, ਦੇ ਤੇ ਗੇੜੇ ਚੱਲ ਹੁਣ ਤਾਂ ਟਿਊ ਟਿਊ ਹੋਣੀ। ਲਓ ਜੀ ਬਾਈ ਜੀ ਕਰਤੀ ਸਟਾਰਟ, ਤੋਰ ਲਈ ਮਸ਼ੀਨ ਬਾਈ ਜੀ, ਰੋਡ ਨੂੰ ਲੱਗੀ ਚੜ੍ਹਨ, ਇੱਧਰ ਏਜੰਟ ਸਾਹਿਬ ਵੀ ਆਪਣਾ ਚੱਲੇ, ਠੀਕ ਆ ਬੜੀਆ, ਚਲੋ ਜੀ ਚਲੋ। ਲਓ ਜੀ ਬਾਈ ਜੀ ਰਾਤ ਕੋ ਲੇਟ, ਅੱਧੀ ਰਾਤ ਨੂੰ ਖੜ ਗਏ ਤੇ ਕਿ ਪੁਲਿਸ ਵਾਲੇ ਵੀ ਵਿੱਚ ਜ਼ਿਆਦਾ ਤੰਗ ਕਰਦੇ ਆ, ਮੇਨ ਰੋਡ 'ਤੇ ਖੜ੍ਹੇ ਜੀ ਅਹਿਮਦਾਬਾਦ ਦੇ ਲਾਗੇ ਪਹੁੰਚੇ ਹੋਏ ਆ, ਰਾਤ ਵੀ ਇੱਥੇ ਮੰਜਿਆਂ ਫਿਰ ਕੱਟ ਲਈ ਜੀ, ਪੁਲਿਸ ਵਾਲੇ ਵੀ ਜ਼ਿਆਦਾ ਤੰਗ ਕਰਦੇ ਜੀ, ਹਾਂਜੀ ਮੈਂ ਕਿਹਾ ਪੁਲਿਸ ਵਾਲੇ ਬਹੁਤ ਤੰਗ ਕਰਦੇ ਰਸਤੇ 'ਚ, ਭੱਜੇ ਭੱਜੇ ਹੋਏ ਮੋਟਰਸਾਈਕਲ ਵੀ ਨਹੀਂ ਰੋਕਦੇ, ਉਹ ਰੁਕੀ ਗਏ ਗੈਲ ਦੀ ਗੈਲੇ, ਬਹੁਤ ਸਖਤ ਆਈ ਤੇਰੀ, ਚਲਾਨ ਬਣਦਾ, ਮੈਂ ਕਿਹਾ ਕਾਹਦਾ ਚਲਾਨ ਬਣਦਾ,
ਕਹਿੰਦੇ ਰੋਡ ਪਰ ਨਹੀਂ ਚਲਾ ਸਕਦੇ, ਇਹਦਾ ਪਰਮਿਟ ਹੈਗਾ ਤੇਰੇ ਕੋਲ? ਵੀ ਇਹਦਾ ਪਰਮਿਟ ਲੈ ਕੇ ਆਇਆ ਤੂੰ ਗੁਜਰਾਤ ਆਉਣ ਦਾ? ਮੈਂ ਕਿਹਾ ਸਾਡੇ ਕਿਤੇ ਇੱਕ ਮਸ਼ੀਨ ਥੋੜ੍ਹੀ ਆਈ, ਜਿਹਦੇ ਇੱਕ ਮਸ਼ੀਨ ਆਈ ਹੋਈ ਮੇਰੀ ਉਹ ਆਈ ਹੋਵੇ ਫਿਰ ਤਾਂ ਅਸੀਂ ਮੰਨੀਏ। ਕਿੰਨੀਆਂ ਮਸ਼ੀਨਾਂ ਆਈਆਂ? ਵੀ ਇਹਦਾ ਕੋਈ ਪਰਮਿਟ ਹੁੰਦਾ ਨਾ, ਸਾਡੇ ਕੁਛ ਐ ਨਹੀਂ ਉਹ ਤਾਂ ਅਸੀਂ ਕਸੂਰਵਾਰ ਹਾਂ। ਅਸੀਂ ਤਾਂ ਕਹਿੰਦਾ ਪਰਮਿਟ ਗੁਜਰਾਤ 'ਚ ਆਉਣ ਦਾ, ਅਸੀਂ ਕਿਹੜਾ ਬਾਹਰ ਚਲੇ ਗਏ ਇੰਡੀਆ ਤੇ ਇੰਡੀਆ ਦੇ ਵਿੱਚ ਹੀ ਹਾਂ। ਬਹੁਤ ਧੱਕਾ ਯਾਰ, ਧੱਕਾ ਜ਼ਿਆਦਾ ਵਾ। ਹਾਂ ਕਿਉਂ ਮਿਲਿਆ ਇੱਕ ਚਾਹੇ ਕੁਛ ਵੀ ਆ, ਇੱਕ ਨੰਬਰ ਬੰਦਾ ਦੇਖਿਆ ਪਿੱਛੇ ਵਾਲਾ ਤਾਂ, ਉਹ ਤਾਂ ਕਹੇ 2000 ਰੁਪਏ ਦੇ ਕੇ ਜਾ। ਮੈਂ ਕਿਹਾ ਮੈਂ ਨਹੀਂ ਦਿੰਦਾ, ਚਲਾਨ ਕਹਿੰਦਾ ਚਲਾਨ ਕਰ ਵਾਲਾ। ਮੈਂ ਚਲਾਨ ਕਰਦੇ ਆਰ ਟੀ ਓ ਨੇ ਇੱਕ ਵਾਰ ਕਿਹਾ, ਮੈਂ ਸਰ ਜੀ ਵੀ ਦੂਰ ਜਾਣਾ ਹੈ ਨਾ, ਵੀ ਮੈਂ ਦੇ ਨਹੀਂ ਸਕਦਾ ਕੁਛ ਵੀ ਹੈ ਨਾ। ਮੈਂ ਕਿਹਾ ਵੀ ਤੈਨੂੰ ਪਤਾ ਮਸ਼ੀਨ ਕਿੰਨੀ ਕੁ ਲੰਘੀ ਆ? ਕਹਿੰਦਾ ਮਸ਼ੀਨ ਤਾਂ ਬਾਈ ਬਹੁਤ ਗਈ ਆ। ਮੈਂ ਕਿਹਾ ਫੇਰ ਕਿਆ, ਤੇਰੇ ਕੋਲ ਪਤਾ ਹੀ ਆ ਵੀ ਕਿਆ ਮਜੇ ਇਤਨੀ ਮਸ਼ੀਨ ਮੈਂ ਕਿਆ ਕਰੇਗਾ ਆਦਮੀ। ਕਹਿੰਦਾ ਸਹੀ ਆ ਬਾਤ ਬਾਈ, ਉਹਨੇ ਮੁੜ ਕੇ ਇੱਕ ਤੇ ਦੂਈ ਗੱਲ ਨਹੀਂ ਉਹਨੇ ਕਹੀ ਕੋਈ, ਉਹਨੇ ਜਦੇ ਕਹਿਤਾ ਕਹਿੰਦਾ ਜਾ ਸਰਦਾਰ ਜੀ, ਕਹਿੰਦਾ ਜਾਓ ਬਹੁਤ। ਮੈਂ ਕਹਿੰਦਾ ਵੀ ਇਹੋ ਜਿਹਾ ਨੇਕ ਦਿਲ ਇਨਸਾਨ ਮੈਂ ਨਹੀਂ ਕਿਤੇ ਦੇਖਿਆ। ਫਿਰਦੇ ਵੀ ਕਈ ਗਏ ਇਕੱਠੇ ਦੇ ਰਾਤ, ਉਹ ਤਾਂ ਪਿੱਛੇ ਦਾ ਖਾ ਸਹੀ ਤੇ ਪਿੱਛੇ ਕਾਲੀ ਬਰਨੀ ਆ ਡੰਡਾ ਹੀ ਦੇ ਰਹੇ 6-6 ਭੱਜ ਭੱਜ ਰੋਕਦੇ ਤੇ ਮੈਂ ਦੇਖਿਆ ਆਪਾਂ ਤਾਂ ਟੈਂਕ ਕੋਲ। ਹਾਂ ਜਿਹੜਾ ਨਹੀਂ ਰੋਕਦਾ ਨਾ ਗੱਡੀ ਵਾ ਦਾੜ ਦੇ ਕੇ ਭੰਜਦਾ ਡੰਡਾ। ਅਸੀਂ ਤਾਂ ਖੜ ਗਏ ਯਾਰ, ਮੈਂ ਮੇਰੀ ਗੱਲ ਸੁਣ, ਆਪਾਂ ਕਾਹਨੂੰ ਮਗ ਜਖਬਾਈ ਕਰਨੀ ਆ? ਉਹ ਕੰਮ ਹੁੰਦਾ ਰਾਤ ਨੂੰ ਜ਼ਿਆਦੇ, ਹੁਣ ਦਿਨੇ ਆ, ਦਿਨੇ ਆ ਨਾ, ਪੈਸੇ ਰੋਕਣਗੇ ਮਸ਼ੀਨ ਨੂੰ, ਪੈਸੇ ਲੈਣਗੇ ਤਾਂ ਦੇਖਣਗੇ ਸ਼ੂਗਰ ਨਹੀਂ ਕੋਈ। ਹੁਣ ਰਾਤ ਨੂੰ ਤਾਂ ਐਂ ਆ ਨਾ ਕੋਈ ਦੇਖਦਾ ਨਾ ਦਿਖਾਉਂਦਾ, ਮਰਜ਼ੀ ਕਰਦੇ ਹਾਂ ਆਪਣੀ ਮਨ ਦੀ। ਅੱਗੇ ਅਹਿਮਦਾਬਾਦ ਰਹਿ ਗਿਆ ਤੁਰ ਤੇ 70 ਕਿਲੋਮੀਟਰ ਤਾਂ ਅਜੇ 60 ਕਿਲੋਮੀਟਰ 60 ਕਿਲੋਮੀਟਰ ਇੱਥੇ ਦੇ ਪਿੱਛੇ ਤਾਂ ਅਹਿਮਦਾਬਾਦ ਦੇ ਪਿੱਛੇ 4-5 ਨਾਕੇ ਮਿਲ ਗਏ, 4-5 ਹੈਗੇ ਉਹ ਰੋਜ਼ ਦਾ। ਤਾਂ ਅਸੀਂ ਤਾਂ ਕਿਹਾ ਤੈਨੂੰ ਚਾਹ ਪੀਣੀ ਸੀ ਜੇ ਚਾਹ ਕਦੇ ਬਣਾ ਦਿੰਦਾ ਫਿਰ ਮੈਂ 20-25 ਕਿਲੋਮੀਟਰ ਹੋਰ ਲੰਘ ਜਾਣਾ ਤਾ। ਤਿੰਨ 3:30 ਵਜੇ ਤੈਨੂੰ ਆਕ ਮਾਰੀ, ਤੂੰ ਵੀ ਉਦੀ ਪਿਆ ਮੇਰੇ ਕੋਲ, 3:30 ਵਜੇ ਉੱਕ ਗਿਆ, 4 ਵਜੇ ਦਾ ਸੀਟ ਕੋਲ ਬੈਠਿਆ, 3:30 ਵਜੇ ਬਾਈ ਰੁਕ ਕੇ 7 ਵੱਜ ਕੇ ਫਿਰ ਬਹਿ ਜਾਣਾ। ਕਿਵੇਂ ਜਾਵਾਂਗੇ ਟਾਈਮ ਨਾਲ, ਤਾਂ ਹੀ ਕਿਉਂ ਕੱਢਾਂਗੇ? ਪਿੱਛੇ ਨੂੰ ਹੈਗਾ ਤਾ ਨਾ ਚਟੀਲੇ ਦੇ, ਚਟੀਲਾ ਜਿਹੜਾ ਸੁਰਿੰਦਰ ਨਗਰ ਦੇ ਵਿੱਚ ਨੂੰ ਬਾਈ ਰੋਡ ਹੈਗੇ ਬੀਰਮ ਗਾਓ ਨੂੰ, ਫਿਰ ਉਹ ਆਏ ਤਾਂ ਬੀਰਮਪੁਰ ਨੂੰ, ਉੱਧਰ ਨੂੰ ਥੋੜ੍ਹੀ ਜਿਹੀ ਬਾਟ ਵੀ ਗੁਜ਼ਾਰੇ ਪੈਂਦੀ ਆ। ਕਈ ਮੇਰੇ ਵੀਰ ਹੁਣ ਵੀਡੀਓ 'ਚ ਕਮੈਂਟ ਕਰਨਗੇ ਤੂੰ ਸੁਰਿੰਦਰ ਨਗਰ ਨੂੰ ਜਾਂਦਾ, ਉੱਧਰ ਨੂੰ ਪਹਿਲਾਂ ਤਾਂ ਵੀਰੇ ਇੱਕ 35-40 ਕਿਲੋਮੀਟਰ ਦੀ ਬਾਟ ਆ ਜਿਹੜੀ ਉਹ ਐਕਸਟਰਾ ਪੈਂਦੀ ਸੀ ਹੈ ਨਾ। ਨੰਬਰ 2 ਰੋਡ 4 ਲੈਨ ਦਾ ਹੁਣ ਆਹ ਰੋਡ ਆ, ਇਹਦੇ ਇੱਕ ਵਾਰ ਗੇਅਰ ਪਾ ਕੇ ਅੱਖਾਂ ਮੀਚ ਕੇ ਪਾ ਕੇ ਬਹਿ ਜਾਣਾ, 8-5 ਇੰਚੀ ਪੁਲੀ ਪਾਈ ਹੋਈ ਆ ਹੈ ਨਾ। ਉੱਧਰ ਨੂੰ ਇੱਧਰੋਂ ਟੂਲ ਟੈਕਸ ਤੇ ਡਰਦੇ ਆਪਾਂ ਜ਼ਿਆਦਾ, ਕੋਈ ਟੂਲ ਟੈਕਸ ਨਹੀਂ ਲੱਗਿਆ ਤੱਕ ਅਹਿਮਦਾਬਾਦ ਤੱਕ। 2 ਟੂਲ ਟੈਕਸ ਪਿੱਛੇ ਲੱਗਿਆ, ਇੱਕ ਰਾਜਕੋਟ ਵਾਲਾ, ਇੱਕ ਉਹਦੇ ਗਾਂਹ ਵਾਲਾ, ਰਾਜਕੋਟ ਦੇ ਪਹਿਲਾਂ ਵਾਲਾ ਜਿਹੜਾ, 2 ਲੱਗੇ ਆ। ਉਹਦੇ ਬਾਅਦ ਅਜੇ ਕੋਈ ਟੂਲ ਟੈਕਸ ਲੱਗਿਆ, ਪਿੱਛੇ 2 ਟੂਲ ਟੈਕਸ ਲੱਗਿਆ ਤਾਂ ਬੰਦ ਦਿਓ, ਇੱਕ ਲੱਗਿਆ ਇੱਕ ਬੰਦ ਦਾ, ਇੱਕ ਉਹ ਜਿਹੜੀ ਚੁੰਗੀ ਜੀ ਆ ਜਿੱਥੇ ਆਪਾਂ ਇੰਟਰ ਕਰਿਆ ਫਲਾਈਓਵਰ ਦੇ ਕੋਲ ਨੂੰ, ਹਾਂਜੀ ਉੱਥੇ ਲਈ ਨਹੀਂ ਉਹਨੇ ਮਸ਼ੀਨ ਦਾ, ਪਤਾ ਨਹੀਂ ਕੀ ਚੱਕਰ ਦੇ ਦਿੰਦੇ ਨਹੀਂ ਹੁਣ ਇੱਧਰ ਕਿਤੇ। ਹਾਂ ਚਲੋ ਚੱਲਦੇ ਹਾਂ ਫਿਰ, ਮਿਲਦੇ ਹਾਂ ਹੁਣ ਅੱਗੇ ਰੋਟੀ।
ਥੋੜੀ ਖਾਂਦੇ ਆ ਕਿਤੇ ਖੜ ਕੇ ਵਧੀਆ ਪੰਜਾਬੀ ਢਾਬੇ ਤੇ। ਲਓ ਜੀ ਬਾਈ ਜੀ, ਟੋਟਲੀ ਮਸ਼ੀਨ ਰੋਡ 'ਤੇ ਅਹਿਮਦਾਬਾਦ ਰੋਡ ਵੱਲ 'ਤੇ ਪਹੁੰਚੇ ਜੀ। ਰਹੇਗਾ ਕੋਈ ਇੱਥੇ 50-60 ਕਿਲੋਮੀਟਰ ਰਹਿੰਦਾ ਜੀ। ਲਓ ਜੀ, ਪਹੁੰਚ ਕੇ ਅਹਿਮਦਾਬਾਦ ਦੇ ਇਲਾਕੇ ਜਮੀ ਜਾਂਦੇ ਰੋਡ ਪਰ ਬਾਈ ਜੀ, ਰੌਣਕ ਮੇਲੇ ਬਹੁਤ ਆ, ਭੀੜ ਬਹੁਤ ਆ ਜੀ। ਲਓ ਜੀ ਬਾਈ ਜੀ, ਅਹਿਮਦਾਬਾਦ ਕਰਕੇ ਪਾਰ ਰੋਡ 'ਤੇ ਖੜ੍ਹੇ ਆ, ਕਲਾੜੀ ਦੇਖਦੇ ਇੱਧਰ ਹੀ। ਹਾਂਜੀ ਬਾਈ ਜੀ, ਮਿਹਨਤ ਦੇਖ ਇੱਧਰ। ਹਾਂਜੀ, ਮਿਹਨਤ ਬਹੁਤ ਆ ਬਾਈ ਜੀ, ਦੇਖ ਤਾਂ ਸਹੀ। ਮਿਹਨਤ ਬਹੁਤ ਆ, ਮਿਹਨਤ ਬਹੁਤ ਆ, ਜੋਰ ਲੱਗਦਾ ਹੁਣ ਇਹਨਾਂ ਨੀ। ਹੈ ਰਸ ਇਹ ਵੱਢ ਕੱਢਦੀ ਹੋਊਗੀ, ਰਸ ਦਾ ਫਰਕ ਹੋਊਗਾ। ਬਹੁਤ ਇਹੋ ਜਿਹੀਆਂ ਮਿਲਦੀਆਂ ਮਸ਼ੀਨਾਂ, ਇਹ ਦੂਜੀਆਂ ਆਹੀ ਚੀਜ਼ ਮਿਲਦੀ ਆ, ਦੂਜਾ ਤਾਂ ਦੇਖੀ ਬਹੁਤ ਘੱਟ ਆ, ਇੰਜਣ ਵਾਲੀ ਆਇਆ ਜ਼ਰੂਰ ਆ। ਇਹ ਗੈਲੇ ਮਿਲ ਜਾਂਦਾ ਬਾਈ ਜਗਾੜ 'ਚ, ਜਾਂ ਗੰਨਾ ਲਾਉਂਦੇ ਪਿੱਛੇ ਹਟ ਜਾਂਦਾ।
ਠੀਕ ਆ। ਪੰਜਾਬ ਦੇ ਨਮਕ ਡਾਲ ਦੀ ਨਮਕ ਦਾ ਕਿਹੜਾ ਏਰੀਆ ਬਾਈ ਤੁਹਾਡਾ? ਸ੍ਰੀ ਗੰਗਾ ਨਗਰ ਆਪਣੇ ਏਰੀਏ ਦਾ ਹੀ ਆ। ਹੋਰ ਬਸ ਵੀ ਲਓ, ਵਿਕੀ ਜਾਂਦਾ ਲੂਣ ਵਧੀਆ? ਕਿਆ ਰੇਟ ਵਿਕਦਾ ਹੁੰਦਾ ਇਹ? ਕਿਆ ਰੇਟ ਹੁੰਦਾ ਇਹ? 50 ਰੁਪਏ ਕਿਲੋ ਵਿਕਦਾ ਵਧੀਆ? ਵਿਕਦਾ ਮਹਾਂ ਵਧੀਆ, ਪਿੱਛੇ ਜਿਹੜਾ ਬਹੁਤ ਟ੍ਰੇਲਿੰਗ ਲੱਗੀ ਮੈਂ ਲੈਂਦਾ। ਹੋਰ ਆਓ ਜੀ ਬਾਈ ਜੀ, 5 ਕੁ ਦਾ ਟਾਈਮ ਹੋ ਗਿਆ ਜੀ, ਮਸ਼ੀਨ ਖੜ੍ਹੀ ਹੈ ਰੋਡ 'ਤੇ ਬਾਈ, ਚਾਹ ਪੀਣ ਲੱਗੇ ਤੇ ਚਾਹ ਪੀ ਕੇ ਤਿਆਰ। ਇੱਧਰ ਰਸਤੇ 'ਚ ਬੰਦੇ ਕੋਈ ਆਪਣੇ ਮਿੱਤਰ ਪ੍ਰੇਮੀ ਮਿਲ ਗਏ ਤੇ ਜੀ ਆਪਣੇ ਏਰੀਏ ਦੇ ਜੀ। ਹਾਂਜੀ ਬਾਈ ਜੀ, ਸਤਿ ਸ਼੍ਰੀ ਅਕਾਲ ਜੀ। ਬਾਈ ਹੋਣੀ ਆਪਣੇ ਜਲਾਲਾਬਾਦ ਤੋਂ ਆ। ਹਾਂਜੀ, ਨਿੰਮੇ ਉਹਨਾਂ ਦੇ ਲਾਗੇ ਪਿੰਡ ਆ। ਕਿੰਨੀ ਕੁ ਦੂਰ ਆ? ਕਿਹੜਾ ਪਿੰਡ ਆ ਆਪਣਾ? 7 ਕਿਲੋਮੀਟਰ ਪਿੰਡ ਕਾਂਗਾ ਖੁਰਦ ਦੇ ਜਿਹੜੇ ਜਾਂਦੇ ਤੇ ਬਾਈ ਉਹਨਾਂ ਦੇ ਅੱਡੇ ਕਿਲੋਮੀਟਰ ਲੰਘੇ ਤੇ ਉਹਨੇ ਯਾਰ ਆ ਮਸ਼ੀਨ ਪਛਾਣ ਲਈ, ਪਛਾਣ ਕੇ ਮਗਰੇ ਗੱਡੀ ਲਾ ਦਿੱਤੀ ਰੋਟਾ ਉਹਨੇ ਲਾ ਲਈ, ਚਾਹ ਪਾਣੀ ਪਿਲਾਇਆ। ਹੋਰ ਬਾਈ ਵਧੀਆ? ਹਾਂ ਵਧੀਆ ਜੀ, ਮਕਾਰ ਵਧੀਆ। ਬਾਈ ਸਾਡਾ ਸਰਪੰਚ ਸੁਖਵਿੰਦਰ ਸਿੰਘ ਕਾਂਗਾ ਪਿੰਡ ਤੋਂ। ਬਾਈ ਆਪਾਂ ਤੇ ਇਹੀ ਫਰਿਆਦ ਹੈ ਸਾਰੀ ਕਾਲਪੁਰਖ ਅੱਗੇ, ਜਿੰਨੇ ਭਰਾ ਆਪਣੇ ਆਏ ਆ ਕਰੋ, ਤੁਸੀਂ ਆਏ ਹਾਂ ਅਸੀਂ ਆਏ ਹਾਂ, ਬਠਿੰਡੇ ਬਾਈ ਕੁਲਵੰਤ ਦੇ ਪਿੰਡ ਦੇ ਉਧਰ ਜੋ ਮੁੰਡੇ ਉੱਥੇ ਦੱਸਦੇ ਕਹੀ ਗਾਲ ਕੱਢ ਕੇ ਵੀ ਤੁਹਾਡਾ ਸਾਲ ਇੱਕ ਆ ਰਿਹਾ ਉੱਥੇ ਦਿੱਲੀ ਬੈਠੇ ਤੁਹਾਡਾ ਸਾਲ ਇੱਕ ਆ ਰਿਹਾ, ਤੁਸੀਂ ਉਹ ਇੱਕ ਮਹੀਨਾ ਇੱਕ ਆ ਕਹਿੰਦੇ ਨੇ, ਉਹ ਸਾਨੂੰ ਕਿਹਾ ਕਰੇ ਆਪਣੇ 'ਚ ਨਹੀਂ ਹੈਗਾ ਵੀਰੇ, ਪੈਸੇ ਦੀ ਚੀਜ਼ ਨਹੀਂ ਮਾੜਾ ਹੈਗਾ ਕੋਈ ਵੀ, ਰੇਟ ਘੱਟ ਹੁੰਦਾ ਨਾ ਜ਼ਿਆਦਾ, ਇੱਕ ਨਾ ਆਪਾਂ 1000 ਵਿਘਾ ਵਧਣਾ ਹੈ ਘੱਟ ਰੇਟ ਕਹਿਦਾ, ਇੱਕ ਆਪਾਂ ਨੇ ਚੰਗੇ ਰੇਟ ਗਿਆ 500 ਵਿਘਾ ਵਧਣਾ ਬਰਾਬਰ ਹੈ ਨਾ ਵਿਘੇ ਨਾ। ਆਪਾਂ ਦੇਖੀਏ ਹੁਣ ਕਈ ਬੰਦੇ ਮੈਂ ਦੇਖਿਆ ਕਿੰਨੇ ਵਿਘੇ ਵੱਢਤੇ, ਟੱਪ ਗਈ 1500 ਪੈਸੇ 4 ਲੱਖ 1500 ਦਾ, ਇਹ ਦੇਖੋ ਨਾ ਵੀ ਕੰਮ ਨਹੀਂ ਹੋਇਆ 4 ਲੱਖ ਦਾ, ਡੀਜ਼ਲ ਵੀ ਦੇਖੋ ਵੀ ਡੀਜ਼ਲ ਵੀ ਹੋ ਗਿਆ ਹੈ ਨਾ।
ਸਾਡੀ ਟੁੱਟ ਭੱਜ ਵੀ ਹੋਈ ਆ, ਗਰੀਸ ਵੀ ਲੱਗਿਆ, ਰੋਟੀ ਵੀ ਖਾਧੀ ਆ, ਇਹਨਾਂ ਗੱਲਾਂ ਨੂੰ ਤਾਂ ਉਹੀ ਕੱਲ ਨੂੰ ਝੂਠ ਤਾਂ ਝੂਠ ਹੀ ਹੈ ਜੀ। ਹੁਣ 100 ਕਿਲੋਮੀਟਰ ਨਹੀਂ ਮਿਲਣੀ ਚੱਲਦੀ ਜਿਹੜੇ ਪਾਸ ਤਾਂ ਕਹਿੰਦਾ ਰੀਚਾਰਜ ਕਰਦੇ, ਇਹ ਖਰਚੇ ਤਾਂ ਪਤਾ ਜਿਹੜਾ ਗਿਣਦੇ ਹੀ ਨਹੀਂ, ਉਹ ਜਿਹੜੀ ਨਵੀਆਂ ਮਸ਼ੀਨਾਂ ਆਧਾਰ ਕਾਰਡ ਨੇ ਜਿਵੇਂ ਰੇੜਾ ਕਰਕੇ ਕਰਤਾ। ਕਿਤੇ 15-16 ਕਿਲੋਮੀਟਰ ਗੱਡੀ ਆ ਉਹਦਾ ਬੰਦਾ ਥੱਕ ਜਾਂਦਾ, ਉਹਨਾਂ ਸ਼ਹਿਰ ਉਹ ਦੇਖ ਕੇ ਸਾਡੇ ਕਿਉਂ ਐਂ ਸੋਚਦੇ ਹੋਣੇ, ਦੇਖਦੇ ਸੋਚਦੇ ਹੋਣੇ ਮਨ 'ਚ ਵੀ ਅਸੀਂ ਭਾਵੇਂ ਗੱਡੀ 'ਚ 50-100 ਕਿਲੋਮੀਟਰ ਸਫ਼ਰ ਕਰ ਲੈਂਦੇ, ਅਸੀਂ 2 ਦਿਨ ਉੱਠਦੇ ਨਹੀਂ ਵੀ ਤਾਂ ਐਂ ਕਰਦੀ ਜਾਂਦੀ ਹੈ, ਨੱਚਦੀ ਜਾਂਦੀ ਘੋੜੇ ਤਰ੍ਹਾਂ। ਸਹੀ ਗੱਲ ਨਹੀਂ, ਦੇਖ ਦੇਖਦੇ ਹਾਂ ਸ਼ਹਿਰ ਵਾਲੇ। ਚਲੋ ਜੀ ਚੱਲੀਏ ਫਿਰ। ਹਾਂ ਠੀਕ ਆ, ਠੀਕ ਹੈ ਵੀਰ ਜੀ, ਬਹੁਤ ਸ਼ੁਕਰੀਆ। ਅੰਮ੍ਰਿਤਸਰ ਸਾਹਿਬ ਆਏ ਤਾਂ ਜ਼ਰੂਰ ਗਿਣਾ। ਹਾਂ ਮੈਂ ਆਊਂਗਾ ਕੋਈ ਗੱਲ ਨਹੀਂ, ਮੈਂ ਆਉਣਾ ਨਿੰਮੇ ਕੋ ਨਿੰਮਾ ਮੈਨੂੰ ਕਹਿੰਦਾ ਕਿ 5 ਕਿਲੋਮੀਟਰ ਚਲੋ ਚੱਲਦੇ ਹਾਂ ਬਾਈ। ਹੁਣ ਬਾਟ ਵੀ ਆਪਣੀ ਹੈ ਨਾ 5-6 ਕਿਲੋਮੀਟਰ ਜਾਂ ਜ਼ਿਆਦਾ ਨਹੀਂ ਹੈਗੀ। ਠੀਕ ਹੈ ਵੀਰ ਜੀ, ਧੰਨਵਾਦ ਜੀ। ਠੀਕ ਹੈ ਜੀ, ਠੀਕ ਹੈ ਜੀ, ਰਾਜਸਥਾਨ ਐਂਟਰ ਕਰ ਲਿਆ ਜੀ, ਬਾਰਡਰ ਪਾਰ ਕਰਕੇ ਜਾ ਰਿਹਾ ਜੀ। ਆਓ ਜੀ ਬਾਈ, ਕੋਟੇ ਤੋਂ ਪਿੱਛੇ ਚਿਤੌੜਗੜ੍ਹ ਪਹੁੰਚ ਗਏ, ਬਸ ਰਹਿ ਗਿਆ 30-32 ਕਿਲੋਮੀਟਰ ਰਹਿੰਦਾ, ਉਹਦੇ ਬਾਅਦ ਆਪਣੀ ਨਾ ਇੱਕ ਸੀਲ ਗੇਅਰ ਦੀ ਹੈ ਨਾ ਥੋੜ੍ਹਾ ਜਿਹਾ ਤੇਲ ਕੱਢਦੀ ਆ। ਮੈਂ ਕਿਹਾ ਵੀ ਮੁੰਡੇ ਨੂੰ ਕਿਹਾ ਤੇਲ ਤੂਲ ਪੂਰਾ ਕਰ ਲਓ ਹੈ ਨਾ, ਥੋੜ੍ਹਾ ਜਿਹਾ ਸੀਲ ਲੀਕ ਹੋ ਗਈ, ਇੱਕ ਲੀਕ ਹੋਣ ਕਰਕੇ ਜਿਹੜਾ ਹੈ ਨਾ ਆਪਣੇ ਉਹ ਕਲੱਚ ਵਾਲੀ ਸ਼ਾਫਟ ਵਾਲੀ ਸੀਲ ਲੀਕ ਹੋਣ ਕਰਕੇ ਤੇਲ ਹੈ ਨਾ 2-3 ਜਗ੍ਹਾ ਪਿੱਛੇ ਗਿਰਿਆ। ਮੈਂ ਕਿਹਾ ਵੀ ਨਹੀਂ, ਹੁਣ ਤੁਸੀਂ ਇੰਨਾ ਇੰਨਾ ਗਿਰਦਾ ਵੈਸੇ ਬਹੁਤਾ ਤਾਂ ਘੱਟ ਹੋਇਆ ਨਹੀਂ, ਵੀ ਤੁਸੀਂ ਤੇਲ ਪਾ ਲਓ ਇੱਕ ਬੋਤਲ ਹੈ ਨਾ, 1.25 ਲੀਟਰ ਪਾ ਤਾ ਲੀਟਰ ਕਿਉਂ ਕਿੱਦਾਂ ਫੋਰਮੈਨ ਤੁਹਾਨੂੰ ਕੀ ਹੋ ਗਿਆ ਤਾ ਪਿੱਛੇ ਕੀ ਹੋ ਗਿਆ ਤਾ? ਉਹਦਾ ਗੇਅਰ ਲੀਕ ਹੋ ਗਿਆ, ਤੁਹਾਡਾ ਵੀ ਲੀਕ ਹੋ ਗਿਆ, ਗੇਅਰ ਹੀ ਲੀਕ ਹੋਣੇ ਉਹ ਤਾਂ ਬਸ। ਇਹਦੇ ਵੀ ਬੰਦੇ ਭੱਜ ਗਏ ਬਾਈ, ਕਿੰਨੇ ਬੰਦੇ ਭੱਜੇ ਆ? 2 ਭੱਜ ਗਏ ਯਾਰ। ਕਿੰਨੇ ਭੱਜੇ ਦੇ ਭੱਜ ਗਏ ਦੇ ਕਿਉਂ ਹੁਣ ਭੱਜੇ ਆ? ਹਾਂ ਅੱਧਾ 15 ਦਿਨ ਲਾ ਕੇ ਭੱਜ ਗਏ, 2 ਭੱਜ ਗਏ, ਬਹੁਤ ਬੁਰਾ ਹਾਲ ਆ ਯਾਰ ਬੰਦਿਆਂ ਦਾ ਹੈ ਨਾ। ਬਾਕੀ ਆਪਣੇ ਇੱਧਰ ਸਮਾਨ ਸਮੂਹ ਸੈੱਟ ਕਰਨ ਲੱਗਿਆ ਮੋਲੀ ਹੋਣੀ, ਆ ਵੀ ਫੋਰਮੈਨ ਕਿੱਦਾਂ ਬੰਦ ਕਰ ਲਾ, ਨਾਮ ਦਵਾ ਦੇ ਵਿਚਾਰੀ ਨੂੰ, ਉਹਦਾ ਖਾਸਾ ਲੀਕ ਆ ਗੇਅਰ, ਗੇਅਰ ਤਾਂ ਖਾਸਾ ਲੀਕ ਹੋ ਗਿਆ। ਹਾਂ ਕਿਹੜੀ ਸੀਲ ਲੀਕ ਆ ਬਾਈ? ਐਂ ਗਰਮੀ ਹੈਗੀ ਆ ਜ਼ਿਆਦੇ ਹੈ ਨਾ, ਇਹ ਤਾਂ ਖਾਸਾ ਲੀਕ ਆ ਮਿੱਤਰਾ, ਦਾ ਹੱਲ ਕਰੋ ਕੋਈ। ਆ ਨਟ ਦੇਖਣ ਦੇ ਬਰਾਂਡੀ ਦੇ ਢਿੱਲੇ ਤਾਂ ਨਹੀਂ, ਉਹ ਇਹਦਾ ਜੈਨ ਏ, ਉਹਦੇ ਤਾਂ ਜੈਨ ਏ ਹੁੰਦਾ। ਆ ਦੇਖ ਲਓ ਬਾਈ, ਐਂ ਪਟਾਕੇ ਪੈਂਦੇ ਆ ਯਾਰ, ਪੈਂਦੇ ਆ
ਮੈਂ ਕਹਿੰਦਾ ਕਲੱਚ ਵਾਲੀ ਸੀ ਲੀਕ ਹੋ ਗਈ ਅੰਦਰ ਵਾਲੀ, ਇਹ ਤੇਲ ਦੀ ਗੌਰ ਰੱਖਿਓ ਮੇਰਾ ਵੀਰ। ਹੁਣ ਐਂ ਲੀਕ ਹੁੰਦੇ ਆ ਹੁੰਦੇ ਆ ਉਹ ਤੇ ਉਹਨੂੰ ਹੋਰ ਮੈਂ ਹੱਥ ਮਾਰ ਮਾੜਾ ਜਿਹਾ ਤੇਰਾ ਨੰਬਰ ਆਂਡੀ ਵਾਲੇ ਨਟਾਂ ਨੂੰ ਹੈ। ਹਾਂ ਭਾਈ ਹੀਰਾ ਮਸ਼ੀਨ ਨਾ ਸਾਡੇ ਪਿੱਛੇ ਤੇ ਹੀ, ਮੰਨ ਲਓ ਅਹਿਮਦਾਬਾਦ ਕੋਲ ਤੇ ਅਸੀਂ ਇਕੱਠੇ ਹੀ ਆ ਰਹੇ ਹਾਂ, ਪਰ ਤੁਹਾਨੂੰ ਦਿਖਾਈ ਹੋਣਾ ਕਿਉਂ ਦੋਵੇਂ ਜਣੇ ਤੇ ਕਹਿੰਦੇ ਅਸੀਂ ਪਹਿਲੀ ਵਾਰ ਆਇਆ ਤੂੰ ਮੁੰਡਾ ਆੜੀ ਹੈ ਓਏ, ਕਿੰਨਾ ਕੁ ਏਰੀਆ ਵਧੀਆ ਹੋ ਗਿਆ ਕੰਮ? ਸਹੀ ਐਤ ਕੀ ਕੰਮ ਤਾਂ ਹੈ ਤਾਂ ਮਾੜਾ ਮੰਦਾ ਹੀ ਆ। ਆਂਟੀ ਵਾਲਾ ਹੱਥਾਂ ਨੂੰ ਹੱਥ ਮਾਰ ਲੈਣ ਪੂਰਾ ਇੱਕ ਵਾਰ। ਹੋਰ ਇੱਕੋ ਮਸ਼ੀਨ ਤੁਹਾਡੇ ਕਿੰਨੀ ਹੈ? ਦੋ ਹੀ। ਕਿੱਥੇ ਚੱਲਦੀ ਆ? ਉੱਥੇ ਪਿੱਛੇ ਹੀ। ਤੂੰ ਇਕੱਲਾ ਹੀ ਨਿਕਲਿਆ ਆ ਫੇ? ਕੋਟੇ ਕੌਣ ਅੱਗੇ? ਕੋਟੇ ਅੱਗੇ ਅੰਕਲ ਆ ਮੇਰਾ। ਅੱਛਾ ਠੀਕ ਆ ਠੀਕ ਆ। ਹਾਂ ਹਾਂ ਚਲੋ, ਬਾਕੀ ਸਮਾਨ ਸਮੂਨ ਕਰਕੇ ਸੈੱਟ ਹੁਣ ਨਿਕਲੀਏ, ਚੱਲੀਏ ਫਿਰ ਹੁਣ। ਆਹ ਦੇ ਲਾ ਰਾਜਸਥਾਨ ਦੇ ਪੁਲਿਸ ਜਮਾਂ ਨਹੀਂ ਤੰਗ ਕਰਦੀ ਹੈਂ, ਨਾਕਿਆਂ 'ਚ ਨੰਘਾਈ ਜਾਂਦੀਆਂ ਹੱਥ ਮਾਰਦੇ ਆ। ਪਤਾ ਨਹੀਂ ਗੁਜਰਾਤ ਦੇ ਤਾਂ ਪਤਾ ਨਹੀਂ ਬਾਈ ਕੀ ਚੱਕਰ ਆ, ਵੀ ਉਹਨਾਂ ਨੂੰ ਤਨਖਾਹਾਂ ਹੀ ਘੱਟ ਮਿਲਦੀਆਂ ਹੈ ਨਾ ਤੇਰੇ ਸਾਹਮਣੇ ਦੇ ਲਾ। ਹੈਂ ਕਿਵੇਂ ਉਹ ਬਾਈ? ਤੈਨੂੰ ਇੱਕ ਗੱਲ ਦੱਸਾਂ, ਇਹ ਪੈਸਾ ਚੰਗੀ ਜਗ੍ਹਾ ਥੋੜ੍ਹੀ ਲੱਗਦਾ ਹੁੰਦਾ, ਜਿਹੜੇ ਲੋਰਾਂ ਦੀ ਕਮਾਈ ਕਰੀ ਹੋਈ ਕਿਸੇ ਤੇ ਕੋਣੇ ਆ, ਕਿਤੇ ਊਈ ਥੋੜ੍ਹੀ ਆ। ਬਾਈ ਸਹੀ ਸਹੀ ਗੱਲ ਆ, ਹੁਣ ਆਪਣਾ ਤੇਰਾ ਲੂਰਾਂ ਦੀ ਕਮਾਈ ਹੋ ਆਪਣੀ। ਹਾਂ ਆ 5 ਦਿਨ ਹੋ ਗਏ ਬਾਈ ਨਹਾਤਿਆਂ ਨੂੰ, ਬਾਕੀ ਇੱਧਰ ਆਪਣਾ ਭਜਨ ਲਾਲ ਘੜੀ ਲਾ ਕੇ, ਘੜੀ ਦਿਖਾਈ ਕਰਤਾਰ ਵਾਲਿਆਂ ਦੀ ਘੜੀ ਲਾਈ ਬੰਦਾ ਚੜਾਈ ਆ ਭਜਨ ਦੀ, ਕਰਤਾਰ ਕਮੈਨ ਟਰੈਕਟਰ 6:15 ਹੋ ਗਏ ਹੋਰ ਮਰ ਰਹੇ। ਹਾਂ ਉਹ ਗੇਰ ਉਹਨਾਂ ਦਾ ਖਾਸਾ ਲੀਕ ਹੋ ਗਿਆ ਯਾਰ, ਮੈਂ ਕਿਹਾ ਤੇਲ ਹੈਂ, ਮੈਂ ਉਹੀ ਕਿਹਾ ਮੈਂ ਕਿਹਾ ਪੂਰਾ ਕਰ ਲਓ ਤੇਲ, ਪੂਰਾ ਖਾਸਾ ਲੀਕ ਆ ਉਹਦਾ ਖਾਸਾ। ਹੈਂ ਆਹੋ ਹੋਰ ਮੋਲੀ ਹੈਂ, ਅੱਖਾਂ ਬੜੀਆਂ ਲਾਲ ਕਰੀ ਫਿਰਦਾ। ਇਹ ਗੇਅਰ ਵਾਲਾ ਪਤਾ ਨਹੀਂ ਕੀ ਚੱਕਰ ਆ, ਜੀ ਡੀ ਆਰ ਦਾ ਗੇਅਰ ਤਾਂ ਨਾ, ਪਰ ਇਹਦਾ ਸਵਰਾਜ ਵਾਲਾ ਹੀ ਆ ਇੱਕ। ਆਪਾਂ ਗਲਤੀ ਕਰਨਾ ਥੋੜ੍ਹਾ ਜਿਹਾ ਗਰੀਸ ਪਾਉਣਾ ਚਾਹੀਦਾ ਤੇਲ ਨਾਲ, ਜਿਵੇਂ ਰੋਡ ਦਾ ਲਾ ਦੇ ਗੁੜੀ ਪਾਉਣੀ ਆ ਨਾ, ਅੱਧਾ ਕੁ ਕਿਲੋ ਗਰੀਸ ਪਿਆ ਹੋਵੇ ਨਾ ਨਾਲ ਮਸ਼ੀਨ ਇਹਦੇ ਗੇਅਰ ਤੇਲ ਦੇ, ਬਸ ਫਿਰ ਸੀਲਾਂ ਸੂਲਾਂ ਬਹੁਤ ਘੱਟ ਲੀਕ ਹੁੰਦੀ ਆ, ਉਹ ਤੇਲ ਥੋੜ੍ਹਾ ਗਾੜਾ ਹੋ ਜਾਂਦਾ ਫਿਰ। ਬਾਕੀ ਹੈਗਾ 200 ਕਿਲੋਮੀਟਰ ਤਾਂ ਬਾਈ ਆਪ ਦੇ ਲਓ ਤੁਸੀਂ ਕਿਆ ਹੈ, ਬਹੁਤਾ ਜ਼ਿਆਦਾ ਬੁਰਾ ਹਾਲ ਵਾਲਾ ਜਿੱਦਾਂ ਦੇਖਦਾ ਉੱਥੇ ਪੈ ਜਾਂਦੇ ਆ। ਚਲੋ ਠੀਕ ਆ ਬਾਈ, ਵੀਡੀਓ ਥੋੜ੍ਹੀ ਜਿਹੀ ਹੋਣੀ ਲੰਬੀ, ਬਾਕੀ ਅੱਜ ਹੈ ਨਾ 7 ਦਿਨ ਹੋ ਜਾਣੇ ਜਿੱਦਣ ਪੂਰੇ ਹੋ ਗਏ 7 ਦਿਨ, ਅੱਜ ਤਰੀਕ ਭਜਨ 3 ਤਰੀਕ ਅੱਜ 3 ਤਰੀਕ ਅੱਜ 3 ਨੂੰ ਰਾਤ ਨੂੰ ਕੋਟੇ ਪਹੁੰਚਾਂਗੇ। ਇਹ ਵੀਡੀਓ ਵੈਸੇ 1 ਤਰੀਕ ਦੀ ਸਟਾਰਟ ਕਰੀ ਹੋਈ ਆ, ਜਿੱਦਾਂ ਗੁਜਰਾਤ ਤੋਂ ਤੁਰੇ ਦੇ ਨਾ ਥੋੜ੍ਹੀ ਥੋੜ੍ਹੀ ਕਰਕੇ ਬਾਈ ਪਾਉਂਦੇ ਆਈਏ, ਕਾਹਲੀ ਆ ਥੋੜ੍ਹੀ ਜਿਹੀ ਨਾ, ਵੀਡੀਓ ਕਰੀ ਧਿਆਨ ਨਹੀਂ ਥੋੜ੍ਹਾ ਜਿਹਾ ਗਿਆ। ਬਾਕੀ ਹੁਣ ਆਪਣਾ ਚੈਨਲ ਆ ਜਿਹੜਾ ਅੱਜ ਸ਼ਾਮ ਨੂੰ ਓਪਨ ਹੋ ਜੂਗਾ, ਉਹਦੇ ਬਾਅਦ ਇਹ ਵੀਡੀਓ ਚਾੜਾਂਗੇ ਸਵੇਰੇ। ਚਲੋ ਠੀਕ ਆ ਬਾਈ, ਮਿਲਦੇ ਹਾਂ ਹੁਣ ਕਿਸੇ ਅਗਲੀ ਵੀਡੀਓ 'ਚ, ਸਾਡੀ ਵੀਡੀਓ ਦੇਖਣ ਨੂੰ ਰਹਿਣਾ।